ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਫਿਰੋਜ਼ਪੁਰ ਵੱਲੋਂ ਬਲਾਕ ਮੀਤ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਾਸਤੇ ਇਸ ਬਜਟ ਸੈਸ਼ਨ ਦੌਰਾਨ ਕੱਖ ਨਹੀਂ ਰੱਖਿਆ ਗਿਆ, ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਦਾ ਰਾਹ ਇਖਤਿਆਰ ਕਰਨਾ ਪੈ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕੁਝ ਦੇਣ ਦੀ ਬਜਾਏ ਉਲਟਾ ਜਿਹੜੇ ਪੈਸੇ ਅਕਤੂਬਰ 2018 ਵਿੱਚ ਸਰਕਾਰ ਨੇ ਵਧਾਏ ਸਨ ਉਹ ਵੀ ਨੱਪ ਲਏ ਹਨ। ਉਹਨਾਂ ਕਿਹਾ ਕਿ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕੁਝ ਦਿਨਾਂ ਪਹਿਲਾਂ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਬੁਲਾ ਕੇ ਇਹ ਭਰੋਸਾ ਦਵਾਇਆ ਸੀ ਕਿ ਬਜਟ ਦੀ ਮੀਟਿੰਗ ਬੁਲਾ ਕੇ ਬਜਟ ਸੈਸ਼ਨ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਮੰਤਰੀ ਨੇ ਵੀ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ ਕਿ ਉਹਨਾਂ ਦਾ ਮਾਣ ਭੱਤੇ ਵਿੱਚ ਹਰਿਆਣਾ ਪੈਟਰਨ 'ਤੇ ਵਾਧਾ ਕੀਤਾ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕਾਂਗਰਸੀ ਸਰਕਾਰ ਨੇ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ ਪਰੋਖਾ ਕੀਤਾ ਹੈ, ਪਰ ਜਥੇਬੰਦੀ ਹੁਣ ਸਰਕਾਰ ਨੂੰ ਸਬਕ ਸਿਖਾਵੇਗੀ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਹਾਂਜੀ, ਤੁਹਾਡੀਆਂ ਕੀ ਮੰਗਾਂ ਜੀ? ਸਾਡੀਆਂ ਇਹ ਮੰਗਾਂ ਕੈਪਟਨ ਸਰਕਾਰ ਕੋਲੋਂ ਕਿ ਜਿਹੜਾ ਬਜਟ ਸੀ ਸਾਨੂੰ ਲਾਰਾ ਲਾਈ ਆਏ ਕਿ ਤੁਹਾਡਾ ਅਸੀਂ ਬਜਟ ਦੇ ਵਿੱਚ ਜਿਹੜਾ ਇਹ ਮਾਣ ਭੱਤੇ 'ਚ ਵਾਧਾ ਕਰਾਂਗੇ। ਅਤੇ ਸਾਨੂੰ ਕੱਲ੍ਹ ਜਦੋਂ ਪਤਾ ਲੱਗਾ ਵੀ ਸਾਡਾ ਮਾਣ ਭੱਤਾ ਨਹੀਂ ਵਧਾਇਆ ਗਿਆ, ਅਤੇ ਇਸ ਕਰਕੇ ਸਾਡੇ ਜੂਨੀਅਰ ਵੱਲੋਂ ਇਹ ਆ ਵੀ ਤਿੱਖਾ ਅਤੇ ਜ਼ੋਰਦਾਰ ਜਿਹੜਾ ਸੰਘਰਸ਼ ਅਸੀਂ ਕਰਾਂਗੇ। ਇਹ ਤੋਂ ਵੱਧ ਅਸੀਂ ਜਿਹੜਾ ਸੰਘਰਸ਼ ਕਰਾਂਗੇ ਜਦ ਤੱਕ ਸਾਡਾ ਜਿਹੜਾ ਮਾਣ ਭੱਤਾ ਸਾਨੂੰ ਹਰਿਆਣਾ ਪੈਟਰ ਨਾ ਦਿੱਤਾ ਗਿਆ। ਅਤੇ ਅਸੀਂ ਇਸ ਤੋਂ ਵੀ ਜ਼ਿਆਦਾ ਅੱਜ ਹੀ ਨਾਲੇ ਪੁਤਲਾ ਸਾੜਿਆ, ਨਾਲੇ ਜਿਹੜੀਆਂ ਬਜਟ ਦੀਆਂ ਕਾਪੀਆਂ ਨੇ ਉਹ ਸਾੜੀਆਂ ਨੇ। ਓਕੇ ਓਕੇ ਜੀ ਭੈਣ ਜੀ, ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਉਹ ਕਿਉਂ ਕੀਤਾ ਗਿਆ ਤੁਹਾਡਾ? ਹਾਂਜੀ, ਮੈਂ ਮੀਤ ਪ੍ਰਧਾਨ ਜ਼ਿਲ੍ਹਾ
ਫਿਰੋਜ਼ਪੁਰ ਬਲਾਕ ਫਿਰੋਜ਼ਪੁਰ ਤੋਂ ਹਾਂ ਅਤੇ ਮਨਜੀਤ ਕੌਰ ਮੇਰਾ ਨਾਂ ਹੈ ਅਤੇ ਇਹ ਰੋਸ ਪ੍ਰਗਟ ਸਾਡਾ ਇਸ ਕਰਕੇ ਹੈ ਕਿਉਂਕਿ ਜਿਹੜਾ ਬਜਟ ਵਿੱਚ ਸਰਕਾਰ ਨੇ ਸਾਡੀ ਕਿਸੇ ਮੰਗ ਬਾਰੇ ਖਿਆਲ ਨਹੀਂ ਕੀਤਾ ਕਿਉਂਕਿ ਉਹਨਾਂ ਸਾਡੇ ਨਾਲ ਮੀਟਿੰਗ ਕਰਕੇ ਸਾਨੂੰ ਇਹ ਵਾਅਦਾ ਕੀਤਾ ਸੀ ਸਾਡੇ ਨਾਲ ਕਿ ਜਦੋਂ ਬਜਟ ਪੇਸ਼ ਕਰਾਂਗੇ ਉਹਨਾਂ ਵਿੱਚ ਸਾਡੀਆਂ ਮੰਗਾਂ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਪਰ ਜਦੋਂ ਕੱਲ੍ਹ ਬਜਟ ਪੇਸ਼ ਹੋਇਆ ਉਹਨਾਂ ਵਿੱਚ ਸਾਡੀ ਕਿਸੇ ਮੰਗ ਬਾਰੇ ਕੋਈ ਨਹੀਂ ਸੀ ਉਹਨਾਂ ਧਿਆਨ ਦਿੱਤਾ ਅਤੇ ਨਾ ਸਾਡਾ ਜਿਹੜਾ ਮਾਨ ਭੱਤਾ ਉਹਨਾਂ ਇੰਨੇ ਟਾਈਮ ਤੋਂ ਦਿੱਤਾ ਸੀ ਜਦੋਂ ਕੱਟਿਆ ਪੰਜਾਬ ਸਰਕਾਰ ਨੇ ਅਤੇ ਜਿਹੜਾ ਮਾਨ ਭੱਤਾ ਸਾਨੂੰ ਦੇ ਰਹੇ ਆ ਉਹਦੇ 'ਚ ਵੀ ਕੋਈ ਵਾਅਦਾ ਨਹੀਂ ਉਹਨਾਂ ਕੀਤਾ ਅਤੇ ਸਾਡੀਆਂ ਸਰਕਾਰ ਤੋਂ ਇਹ ਹੀ ਮੰਗਾਂ ਹੈ ਕਿ ਜਿਹੜੀਆਂ ਸਾਡੀਆਂ ਪੂਰੀਆਂ ਅਸੀਂ ਮੰਗਾਂ ਉਹਨਾਂ ਨੂੰ ਲਿਖ ਕੇ ਹਰ ਵਾਰੀ ਦਿੰਦੇ ਹਾਂ ਹਰ ਧਰਨਾ ਪ੍ਰਦਰਸ਼ਨ ਕਰਦੇ ਹਾਂ ਉਹਦੇ ਵਿੱਚ ਮੰਗਾਂ ਲਿਖੀਆਂ ਹੁੰਦੀਆਂ ਸਾਡੀਆਂ ਉਹ ਪਲੀਜ਼ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਜਿਸ ਦੇ ਨਾਲ ਸਾਨੂੰ ਵੀ ਥੋੜ੍ਹਾ ਸਾਹ ਆਵੇ ਕਿ ਅਸੀਂ ਜਦੋਂ ਤੋਂ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਬਣਿਆ ਪੰਜਾਬ 'ਚ ਉਸ ਤੋਂ ਹੀ ਅਸੀਂ ਰੋਡ 'ਤੇ ਆਈਆਂ ਹੋਈਆਂ ਅਤੇ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ ਓਕੇ ਜੀ ਭੈਣ ਜੀ ਰੋਸ ਪ੍ਰਦਰਸ਼ਨ ਤੁਹਾਡਾ ਕਿਉਂ ਕੀਤਾ ਗਿਆ ਹਾਂਜੀ ਸਾਡਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਨਾਲ ਕੈਪਟਨ ਦੇ ਨਾਲ ਹੈ ਅਸੀਂ ਪਹਿਲਾਂ ਵੀ 4 ਮਾਰਚ ਨੂੰ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਸਾਨੂੰ ਅਰਨਾ ਚੌਧਰੀ ਨੇ ਮਿਲ ਕੇ ਸੂਬਾ ਪ੍ਰਧਾਨ ਨਾਲ ਮੀਟਿੰਗ ਕੀਤੀ ਅਤੇ ਵਿੱਚ ਇਹੀ ਉਹਨਾਂ ਨਾਲ ਥੋੜ੍ਹਾ ਜਿਹਾ ਇਹ ਵਿਚਾਰ ਕੀਤਾ ਗਿਆ ਕਿ ਅਸੀਂ ਤੁਹਾਡੀਆਂ ਮੰਗਾਂ 'ਤੇ ਕੁਝ ਵਿਚਾਰ ਕਰਾਂਗੇ ਅਤੇ ਤੁਹਾਡੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਪਰ ਅਸੀਂ ਰੋਸ ਪ੍ਰਦਰਸ਼ਨ ਨਾ ਕੀਤਾ ਅਤੇ ਅਸੀਂ ਉਹਨਾਂ ਦੇ ਵੀ ਭੁਲੇਖੇ ਸਾਨੂੰ ਪਾ ਕੇ ਸਾਨੂੰ ਆਪਦੇ ਨਾਲ ਉਹਨਾਂ ਕਰ ਲਿਆ ਵੀ ਅਸੀਂ ਤੁਹਾਨੂੰ ਦੇਵਾਂਗੇ ਤੁਹਾਡੀਆਂ ਮੰਗਾਂ ਸਾਰੀਆਂ ਪਰ ਅੱਜ ਤੱਕ ਸਾਨੂੰ ਕੋਈ ਮੰਗ ਨਹੀਂ ਮਿਲੀ ਅੱਜ ਸਾਨੂੰ ਬਜਟ 'ਤੇ ਆ ਸੀ ਪਰ ਬਜਟ ਦੇ ਵਿੱਚ ਸਾਡਾ ਕੋਈ ਵੀ ਮੰਗ 'ਤੇ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ ਨਾ ਸਾਨੂੰ ਕੋਈ ਬੈਡਰੂਮ ਦਿੱਤਾ ਸਾਡੇ ਬੱਚੇ ਵੀ ਪਹਿਲਾਂ ਖੋਏ ਗਏ ਆਂਗਨਵਾੜੀ ਸੈਂਟਰ 'ਤੇ ਉਹ ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਗਏ ਸਾਡਾ ਰੋਸ ਪ੍ਰਦਰਸ਼ਨ ਸਰਕਾਰ ਨਾਲ ਅਜੇ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਪੰਜਾਬ ਸਰਕਾਰ ਨਾਲ ਲੜਾਂਗੇ ਸਾਡੇ ਸੂਬਾ ਪ੍ਰਧਾਨ ਨੇ ਲੜਦੇ ਆਏ ਆ ਅਸੀਂ ਉਹਨਾਂ ਦੇ ਨਾਲ ਰਲ ਕੇ ਅਸੀਂ ਉਹਨਾਂ ਦੇ ਨਾਲ ਲੜਾਂਗੇ ਓਕੇ ਅੱਗੇ ਦਾ ਤੁਹਾਡਾ ਕੀ ਪ੍ਰੋਗਰਾਮ ਅੱਗੇ ਸਾਡਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਇਸ ਤੋਂ ਵੀ ਤਿੱਖਾ ਹੋਰ ਸੰਘਰਸ਼ ਤੇਜ਼ ਕਰਾਂਗੇ